ਡਿਮਾਂਡ ਸਰ ਤੁਸੀਂ ਪੂਰੀ ਕਰੋਗੇ? ਇਹਨਾਂ ਨੇ ਉਸ ਮੁੰਡੇ ਨਾਲ ਸ਼ਾਦੀ ਕਰਾਉਣੀ ਆ ਕਿ ਜਿਹੜਾ ਮੁੰਡਾ ਇਹਨਾਂ ਦੇ ਨਾਵੇਂ 2.5 ਰੁਪਏ ਜ਼ਮੀਨ ਲਾਵੇ, 2.5 ਕਰਾਲ ਦੀ ਕੋਠੀ ਲਾਵੇ, ਕੋਠੀ 3 ਬਿਲਡਿੰਗਾਂ ਹੋਵੇ, ਇਕੱਲੀ ਇਕੱਲੀ ਬਿਲਡਿੰਗ 'ਚ ਸਵੀਮਿੰਗ ਪੂਲ ਹੋਵੇ, ਠੰਡਾ ਪਾਣੀ ਤੱਤਾ ਲਹਿਰਾ ਹੋਵੇ, ਹੈਂਜੀ, ਉਸ ਤੋਂ ਬਾਅਦ ਫੋਰਚੂਨਰ ਗੱਡੀ ਲੈ ਕੇ ਦੇਵੇ, 5 ਕਰੋੜ ਰੁਪਇਆ ਸਾਲ ਦਾ, 10 ਲੱਖ ਰੁਪਇਆ ਮਹੀਨੇ ਦਾ ਹੋਵੇ, ਮਲਟੀਪਲਾਈ ਵੀਜ਼ਾ ਦੇਵੇ, ਜਿੱਥੇ ਮਰਜ਼ੀ ਦੁਨੀਆ ਦੇ ਜਦੋਂ ਦਿਲ ਕਰੇ ਆਵੇ ਜਾਵੇ, ਹੈਂਜੀ। ਇਹ ਖਰਚੇ ਜਿਹਨੇ ਪੂਰੇ ਕਰਨੇ ਆ, ਇਹ ਸ਼ਰਤਾਂ ਜਿਹਨੇ ਪੂਰੀਆਂ ਕਰਨੀਆਂ, ਉਸ ਮੁੰਡੇ ਨਾਲ ਇਹਨਾਂ ਨੇ ਰਿਸ਼ਤਾ ਕਰਾਉਣਾ ਜੀ। ਉਹ ਮੁੰਡਾ ਮਿਲੇ ਨਾ ਤੁਹਾਨੂੰ, ਹਾਂਜੀ, ਤੇ ਮੈਨੂੰ ਦੱਸਣਾ, ਮੈਂ ਆਪਣੀ ਭੈਣ ਵੀ ਦੇਣੀ ਉਹ। ਇੰਨੀ ਸੁਖੀ ਕਰ ਦੇਣੀ ਉਹਨੇ ਸਾਰੀਏ, 5 ਕਰੋੜ ਰੁਪਇਆ ਤੈਨੂੰ ਕਿਹੜਾ ਕੈਂਸਰ ਆ, ਆਪ ਤੇਰੀਆਂ ਦਵਾਈਆਂ ਮਹਿੰਦੀ ਮਹਿੰਗੀਆਂ ਆਉਣ ਡੀਆਂ। ਗੱਲ ਇਹ ਆ ਜੀ ਬੱਚੇ, ਉਹ ਬਣਦਾ ਸਰਦਾ ਆ, ਉਹ ਗੱਲ ਕਰ, ਬਣਦੇ ਸਰਦੇ ਚ ਉਹਨਾਂ ਨੇ 9 ਤੋਲੇ ਦਾ ਲਾਕਟ ਮੰਗਿਆ ਜੀ ਜਹੇਜ਼ ਚ, ਨਹੀਂ ਅਸੀਂ ਪਵਾਂਗੇ 5.5 ਇੰਚ ਦਾ। ਅੱਬਾ ਜੀ ਦਿਲ ਨਾ ਥੋੜਾ ਕਰੋ, ਮੈਂ ਹਫਤਲ ਦਿਨ ਦੇ ਦਰਸ਼ਨ ਕੀਤੇ, 2 ਕਸੂਤਰ ਦਾ ਫਰਕ ਪਿਆ। ਉਹ ਫਿਰ ਬੱਚੇ ਨੇ ਸੁੱਤਾਂ ਕਰਾ ਲਈਆਂ ਜੀ, ਛੋਟਾ ਹੋ ਗਿਆ। 2 ਪਾਵਾਂਗੇ 2.5 ਤੋਲੇ ਦੇ ਕਾਂਟੇ, ਇਹ ਕਾਂਟਿਆਂ ਦਾ ਵਜ਼ਨ ਬਹੁਤ ਥੋੜਾ ਜਨਾਬ, ਗਰਮੀਆਂ ਨੂੰ ਜ਼ਿਆਦਾ ਹੋ ਜਾਂਦਾ, ਐਦਾਂ ਬੈਠੀ ਨਾ ਜ਼ਮੀਨ ਨਾਲ ਲੱਗਣ ਡਏ ਹੁੰਦੇ। ਨਸੀਬਾਂ ਵਾਲੇ ਹੋ, ਇਹ ਜ਼ੇਵਰ ਮੇਰੀ ਫੁੱਫੀ ਵਾਸਤੇ ਬਣਾਇਆ ਸੀ ਬਾਬੇ ਪਰ। ਕੋਈ ਗੱਲ ਨਹੀਂ, ਬਾਤ ਸੁਣੀ, ਲੁੱਟ ਕੇ ਕੁਛ ਨੀ ਲੈ ਕੇ ਇਹਨੂੰ ਕਰੀਮਾਂ ਲੈ ਕੇ ਦੇ ਗਏ। ਅੱਬਾ ਜੀ ਪੁੱਤਰ ਆ ਵਾ ਤੁਹਾਡਾ, ਡੱਕ ਤੇ ਤੁਹਾਡੇ ਘਰ ਵੀ ਆਇਆ ਸੀ, ਲੁੱਟ ਕੇ ਗਏ ਫੇ, ਉਹ ਮਜ਼ਾ ਆਇਆ ਜਦੋਂ ਲੁੱਟ ਕੇ ਗਏ, ਇੰਜ ਜਾ ਰਹੇ ਸੀ। ਇਹ ਮਰੀਓ ਬਾਂਦਰ ਲਿਆਂਦਾ 2700 ਦਾ ਜੀ। ਅੱਛਾ, ਇਹ ਤੁਸੀਂ ਮਹਿੰਗਾ ਲੈ ਲਿਆ। ਇਹ ਮੇਰੀ ਅਕਦੇ ਮਸਨੂਨਾਂ ਮੇ ਆਣ ਵਾਲੀ ਤੋਸ਼ੀਦਾ ਹੈ, ਉਹਦੇ ਨਾਲ ਇਹ ਹੈ, ਇਹ ਸਾਲੇ ਦਾ ਨਹੀਂ ਕਰਦੇ। ਆਜੋ ਬਾਜੀ ਕਿਤੇ ਹੋਰ ਕਰਦੇ ਆ, ਕਿਸੇ ਚਸਕੋਲੀ ਫੈਮਿਲੀ ਦਾ ਚਸ਼ਮੋ ਚਰਾਗ। ਤੈਨੂੰ ਅੱਛਾ ਲੱਗਦਾ ਇਹ ਲਾਲ? ਭਲਾ ਕਿਉਂ ਆ? ਕਿਉਂ? ਇਹਦੀ ਬਾਬਾ ਸੀ ਰਾਹ ਭੁੱਲੀ ਆ। ਅੱਬਾ ਜੀ ਸਾਨੂੰ ਤੇ ਸ਼ੁਗਰ ਲੱਗ ਨਹੀਂ, ਮਹੱਲੇ ਚ ਕੋਈ ਹਲਾਲ ਦਾ ਕਹਿੰਦਾ? ਜਿਹੜਾ ਕਹਿੰਦਾ ਤੁਹਾਡੇ ਨਸੀਬ, ਜਿਹੜਾ ਕਹਿੰਦਾ ਉਹ ਵੀ ਸ਼ੁਗਰ ਹੀ ਕਰਦਾ ਵਾ। ਮਸਲਾ ਇਹ ਆ ਕਿ ਅਸੀਂ ਨਾ ਪਰੇ ਹੋ ਜਾ ਸਾਲਿਆ, ਇਹ ਨਹੀਂ ਕਰਾਉਣੀ ਆ ਬਈ ਸ਼ਾਦੀ, ਉੱਥੇ ਕਿਤੇ ਹੋਰ ਕਰਦੇ ਆ। ਜਾ ਇਹਨਾਂ ਕੁੜੀਆਂ ਦੀ ਉਮਰਾਂ ਹੀ ਹੈ ਨਹੀਂ ਉਹ ਸਾਲਿਆ, ਕਦੀ ਆਪਣੀਆਂ ਭੈਣਾਂ ਤੋਂ ਵੇਖੇ ਗੌਰ ਨਾ। ਆ ਤੇਰੀਆਂ ਭੈਣਾਂ ਤੇ ਹਰੀਮ ਸ਼ਾਹ ਨਾਲ ਮਾਡਲਿੰਗ ਕਰਦੀਆਂ, ਇੱਥੇ ਲੱਗੀਆਂ ਚੀਸੀ ਯੂਨੀਵਰਸਿਟੀ ਦੇ ਬਾਹਰ ਮਸਵਾਕਾ ਲੈ ਕੇ। ਉਹ ਫਿਰ ਤੈਨੂੰ ਲੱਗਦਾ ਲੈ ਕੇ ਬੈਠੀਆਂ, ਉਹ ਲੈ ਕੇ ਬੈਠੀਆਂ ਵਾ। ਇਹਦੀਆਂ ਭੈਣਾਂ ਨੂੰ ਕੋਈ ਡਰਦਾ ਹੀ ਨਹੀਂ ਛੇੜਦਾ। ਕਿਉਂ ਜੀ? ਜੇ ਮੰਨ ਗਈਆਂ ਤੇ ਕਿੱਥੇ ਲਿਜਾਵਾਂਗੇ?
ਇਹਦੀ ਭੈਣ ਕਿਤੇ ਪਹਿਲੇ ਹੀ ਛਿੜੀ ਆਈ ਇਧਰ ਧਨੌਲੇ ਵੱਲੋਂ ਨੜ ਵਾਲੇ ਚੌਂਕ ਚ ਖਲੋਤੀ ਇੱਕ ਬੰਦਾ ਕਹਿੰਦਾ ਜਾਣਾ ਇਹਦੀ ਭੈਣ ਕਹਿੰਦੀ ਕਿੱਥੇ ਬੰਦਾ ਕਹਿੰਦਾ ਤੂੰ ਐਨੂੰ ਮੈਂ ਐਨੂੰ ਤੇਰੇ ਮਹਿਮਾਨ ਆਏ ਸਾਨੂੰ ਪਸੰਦ ਆ ਭਾਈ ਅੱਜ ਮੁੰਡੇ ਮੈਨੂੰ ਵਧੀਆ ਲੱਗੇ ਆ ਜੀ ਜਹਾਂਗੀਰ ਤਰੀਨ ਸਾਹਿਬ ਕਿਸੇ ਨੇ ਵੀ ਸਾਡੇ ਵਾਲ ਕਦਮ ਨੀ ਵਧਾਉਣਾ ਸਾਡੇ ਜਜ਼ਬਾਤਾਂ ਨਾਲ ਖੇਡਦਾ ਰਿਹਾ ਤੂੰ ਜਜ਼ਬਾਤਾਂ ਨਾਲ ਹੀ ਖੇਡਦਾ ਅਸੀਂ ਤੇਰੀ ਬੱਚੀ ਨਾਲ ਪਿਆਰ ਕਰਦੇ ਆ ਓਏ ਤੇਰੀ ਜ਼ੁਬਾਨ ਤੇ ਛਾਲੇ ਨਿਕਲਣ ਔਰ ਮੇਰੀ ਬੱਚੀ ਦਾ ਨਾਂ ਤੇਰੀ ਜ਼ੁਬਾਨ ਤੇ ਆਇਆ ਕਿਵੇਂ ਨਹੀਂ ਯਕੀਨ ਤੇ ਉਹਨੂੰ ਪੁੱਛ ਲੈ ਦੱਸ ਕੁੜੀਏ ਇਹ ਜੋ ਕਹਿੰਦਾ ਠੀਕ ਕਹਿ ਰਿਹਾ ਜੀ ਮਾਮਾ ਜੀ ਠੀਕ ਕਹਿ ਰਿਹਾ ਹੁਣ ਤੇਰੇ ਕੋਲ ਕੀ ਰਹਿ ਗਿਆ ਕੁੱਤੇ ਕੋ ਟੌਂ 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 ਫੜਦਾ ਹੀ ਨਹੀਂ ਸਾਲਾ ਬੱਲੇ ਤੇ ਕੀ ਆ ਤੂੰ ਵੀ ਅਗਲੀ ਹੋ ਜਾ ਬੱਲੇ ਤੇ ਵਾਕਈ ਕੁਝ ਨਹੀਂ ਰਿਹਾ ਜਦੋਂ ਧੀਆਂ ਆਪਣੀਆਂ ਮਰਜ਼ੀ ਕਰ ਲੈਣ ਤੇ ਮਾਂ ਪਿਓ ਦੇ ਪੱਲੇ ਕੀ ਰਹਿੰਦਾ ਔਰ ਪਿਓ ਨਾਲ ਇੱਕ ਝੂਠ ਮਾਰਦੀ ਰਹੀ ਤੂੰ ਇੱਕ ਝੂਠ ਮਾਰਨ ਵਾਸਤੇ 100 ਵਾਰੀ ਝੂਠ ਮਾਰਨਾ ਪੈਂਦਾ ਉਹ ਤੂੰ ਮੈਨੂੰ ਦੱਸ ਦਿੰਦੀ ਕਿ ਮੇਰੀ ਆਹ ਪਸੰਦ ਆ ਤੇ ਮੈਂ ਕੀ ਕਹਿ ਲੈਣਾ ਸੀ ਉਹ ਜ਼ਿੰਦਗੀ ਤੁਸੀਂ ਗੁਜ਼ਾਰਨੀ ਹੈ ਜੇ ਤੁਸੀਂ ਇਹਦੇ ਵਿੱਚ ਹੀ ਰਾਜ਼ੀ ਹੋ ਤੇ ਮੈਂ ਕੌਣ ਹੋਣਾ ਇਹੀ ਇੱਕ ਮਸਲਾ ਸੀ ਦੇਖਿਆ ਨਾ ਕਲੋਤੀ ਧੀ ਆ ਨਾ ਤੂੰ ਤੇ ਤਾਂ ਕਰਕੇ ਸੇਠ ਸਾਹਿਬ ਮੰਨ ਗਏ ਨੇ ਹਾਂਜੀ ਪਰ ਲੇਕਿਨ ਜੇ ਤੁਸੀਂ ਪੁੱਛ ਕੇ ਕਰ ਲੈਂਦੇ ਤਾਂ ਕਿਹੜੀ ਗੱਲ ਸੀ ਮਾਂ ਪਿਓ ਨੇ ਇਸ ਦਿਨ ਲਈ ਤੇ ਨਹੀਂ ਨਾ ਜਵਾਨ ਕੀਤਾ ਹੁੰਦਾ ਕਿ ਧੀਆਂ ਆਪਣੀਆਂ ਮਰਜ਼ੀ ਕਰ ਲੈਣ ਧੀਆਂ ਨੂੰ ਪੁੱਛਣਾ ਹੱਕ ਏ ਪਰ ਮਾਂ ਪਿਓ ਦੀ ਇੱਜ਼ਤ ਰੱਖਣਾ ਧੀਆਂ ਦਾ ਵੀ ਹੱਕ ਏ ਬੱਲੇ ਵੇ ਬੱਲੇ ਚੱਲ ਹੁਣ ਤੇਰੀਆਂ ਸਾਰੀਆਂ ਨਿਕਲ ਗਈਆਂ ਉਹਨਾਂ ਨੂੰ ਸਮਝਾਉਣ ਦੇ ਆ ਚੱਲ ਤੂੰ ਜਿਹੜਾ ਵੀ ਫੈਸਲਾ ਕੀਤਾ ਹੈ ਹੁਣ ਇਹ ਦੱਸ ਆ ਦੋਨਾਂ ਜੋ ਤੇਰਾ ਹੈ ਕਿਹੜਾ ਮੈਂ ਉਹ ਕਾਲਾ ਸ਼ਾਹ ਕਾਕੂ ਮੈਂ ਪਰੇ ਅੱਬਾ ਘਰ ਹੀ ਲੈ ਕੇ ਜਾਣੀ ਮੈਂ ਕਿਤੇ ਨਿਕਾਹ ਕਰਕੇ ਹੈਨੂੰ ਨਿਕਲ ਜਾਣਾ ਉਹ ਜਾਣ ਦੇ ਉਹ ਪੁੱਤਰ ਧੁਖ ਮਲੰਗਾ ਪਰੇ ਉਹ ਅੰਕਲ ਆ ਕੇ ਨੂੰ ਆਉਣ ਦਿਓ ਲੋ ਜੀ ਭਾਈ ਸਾਹਿਬ ਆਸਤਾ ਬੋਲਿਆ ਕਰ ਤੇਰਾ ਫਿਫਰਾ ਮੂੰਹ ਜਾ ਜਾਏਗਾ ਫਟਾਫਟ ਵਾਧਾ ਘਾਟਾ ਕਰੋ ਜੀ ਲੋ ਭਾਈ ਸਾਹਿਬ ਇਹਦਾ ਹੱਥ ਤੁਹਾਡੇ ਹੱਥ ਫੜਾਉਣ ਲੱਗਾ ਕਿਤੇ ਇਹਦਾ ਹੱਥ ਅੱਗੇ ਨਾ ਫੜਾ ਦੇ ਨਹੀਂ ਇਹਨੂੰ ਮਿਸਟੇਕ ਹੋ ਜਾਣੀ ਹੈ ਤੇਰਾ ਹੈ ਨਹੀਂ ਨਹੀਂ ਅੱਛਾ ਤੁਸੀਂ ਉਹਦਾ ਹੱਥ ਉਹਦੇ ਰੇਸ ਵਾਲੇ ਹੱਥ ਫੜਾਤਾ ਹੈ ਇਹਨੇ ਤੇ ਅੱਗੇ ਆਪੇ ਹੀ ਤੋਰ ਗਈ ਛੱਡ ਤੂੰ ਗੇਲ ਫੜ ਲਾ ਆ ਕਲਾਚ ਵਾਲੇ ਹੱਥ ਨੂੰ ਫੜਾ ਦਿਓ ਚਲੇ ਵੀ ਬੱਚੀ ਮੇਰੀ ਨੂੰ ਤਕਲੀਫ ਨਾ ਹੋਵੇ ਨਹੀਂ 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 ਬਲਕਿ ਇਹ ਤੇ ਨਹੀਂ ਹੋਣੀ ਸਹੀ ਕਹਿ ਰਹੇ ਸਹੀ ਕਹਿ ਰਹੇ ਪੇਟ ਇਜਾਜ਼ਤ ਨਹੀਂ ਦੇ ਰਿਹਾ ਸੋ ਨਾਈਸ ਜੀ ਵੈਲ ਡਨ ਬਾਕੂ ਬਲਾ ਤਾਂ ਇੰਨਾ ਲੂਆ ਲਾ ਬਾਕੂ
ਆਪੂ ਗੱਲ ਕਾਸ ਬੱਕਰੀਆਂ ਲੈ ਕੇ ਆਇਆ ਆਹ ਪੂਰਾ ਖੋਤੀ ਦਾ ਬੱਚਾ ਹੁਣ ਬੱਚੀ ਉੰਡਾ ਕਿਉਂ ਆਪੂ ਗੱਲ ਪੈ ਨਾ ਨਾ ਨਹੀਂ ਨਾ ਲਾਦਾ ਇਹ ਨਹੀਂ ਡਰਦੀਆਂ ਭਾਈ ਇਹ ਨਹੀਂ ਡਰਦੀਆਂ ਕੀ ਮਸਲਾ ਕੀ ਹੈ ਆਪੂ ਗੱਲ ਨਾ ਇਹ ਆਪੂ ਇਹ ਕੀ ਹੁੰਦਾ ਇਹ ਉੱਥੇ ਪਲੰਬਰੀ ਕਰਦਾ ਆਜ਼ਾ ਠੀਕ ਹੁਣ ਬੱਚੀ ਚੀਸੀ ਹੁਣ ਚੀਸੀ ਹਾਲੇ ਕਾਫੀ ਇਹ ਤਾਂ ਕਾਫੀ ਸਿੱਧਾ ਅਰਬੀ ਆ ਇਹ ਕੌਣ ਹੈ ਇਹ ਅਰਬੀ ਨੇ ਸ਼ਹਜ਼ਾਦੇ ਨੇ ਦੁਬਈੋਂ ਆਏ ਨੇ ਇਹ ਦੁਬਈ ਸੇ ਆਏ ਦੁਬਈ ਸੇ ਆਏ ਲੱਗ ਤੋ ਨਹੀਂ ਰੇ ਆਪੂ ਨਾ ਤਾਂ ਕਿੰਨਾ ਇਲਾਕਾ ਵਾਲਾ ਕਿਸੇ ਨੂੰ ਨਹੀਂ ਲੱਗਦਾ ਨਹੀਂ ਉੱਥੇ ਗਰਮੀ ਬਹੁਤ ਪੈਂਦੀ ਨਾ ਇਸ ਕਰਕੇ ਹਾਲਾਤ ਖਰਾਬ ਨੇ ਇਹਨਾਂ ਇਹ ਕੀ ਕਰ ਰਹੇ ਆਏ ਇਧਰ ਆਪੂ ਬਲਾ ਤਾਂ ਯਾਰ ਅੰਨ ਹਾਲਾਤ ਨਹੀਂ ਲੱਗਦਾ ਸ਼ਾਦੀ ਕਰਾਉਣਾ ਹੈ ਕੁੜੀ ਉਹਨਾਂ ਨੂੰ ਬਸ ਸ਼ਾਦੀ ਕਰਨੇ ਕੀ ਜੀ ਆਜ਼ਾ ਦੁਬਈ ਹੁਣ ਬਲਾਸਤਾ ਹੜੱਪਾ ਹੁਣ ਤੁਸੀਂ ਤਾਂ ਦੋਵੇਂ ਵਿਹਲੇ ਤਾਂ ਕਰਦੇ ਕੀ ਬਾਪੂ ਬਲਾਤਾ ਉਹ ਮੇਰੇ ਵਾਸਤੇ ਕੰਮ ਲੱਭਦਾ ਮੈਂ ਉਹਦੇ ਵਾਸਤੇ ਲੱਭਦਾ ਠੀਕ ਹੁਣ ਡੰਡਣਾ ਡੰਡਾ ਨੂੰ ਬੱਚੀ ਆਓ ਬੈਠੋ ਹਾਏ ਬੀਬੀ ਜੀ ਬੈਠੋ ਜੀ ਪਾਓ ਇਹਨੂੰ ਬੈਠੋ ਅਨਾ ਕੀ ਆ ਤਾਂ ਲੱਗ ਗਿਆ ਜਾ ਕੀ ਹੋਇਆ ਤੈਨੂੰ ਬਾਪੂ ਨੇ ਬਚਾਇਆ ਅਨਾ ਅਨਾ ਤਾਂ ਯਾ ਆ ਤਾਂ ਲੂ ਆ ਲਾ ਆ ਤਾਂ ਨਾ ਲਾਉ ਆ ਲਾ ਤਾਂ ਬਾਅਦ ਮੈਂ ਤੈਨੂੰ ਨਾਲ ਹੀ ਲੈ ਜਾਣਾ ਵਾ ਹਾਂ ਆ ਤਾਂ ਬੱਚੀ ਠੀਕ ਹੁਣ ਚੱਕੀ ਹੁਣ ਐਡੀ ਹੁਣ ਚੱਕੀ ਹੁਣ ਆ ਕੋ ਬੋਲਾ ਤਾਂ ਯਾ ਨਾ ਤਾਂ ਨਾ ਲਾ ਤਾਂ ਦੋਵਾਂ ਦੇ ਖਰਚੇ ਨਾਲ ਉਹ ਇੱਕ ਜਣਾ ਹੀ ਕਰਾ ਲਵੇ ਵੇ ਤੂੰ ਕਰਾ ਲਾ ਤੇਰੇ ਤੋਂ ਤਾਂ ਦੌੜ ਕੇ ਉਹਨੇ ਮੇਰੇ ਕੋਈ ਆਉਣਾ ਬੀਬੀ ਜੀ ਤੁਹਾਨੂੰ ਮੁੰਡੇ ਪਸੰਦ ਨੇ ਜੀ ਕੀ ਮੁਝੇ ਤਾਂ ਕੋਈ ਸਮਝ ਨਹੀਂ ਆ ਰਹੀ ਠੀਕ ਹੁਣ ਅਰਬੀ ਹੁਣ ਸਮਾਨ ਵੱਡਾ ਹੋ ਗਿਆ ਸਮਾਨ ਕੇ ਬਰੂ ਮੈਂ ਚੈੱਕ ਕਰੂੰਗੀ ਆਪੂ ਬੋਲਾ ਤਾਂ ਨਾ 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 ਲਾਦਾ ਬਾ ਪੂਰੀ ਜਰਾਬ ਚੜਦੀ ਹੈ ਨਹੀਂ ਮੁਝੇ ਚੈੱਕ ਚੈੱਕ ਹੁਣ ਹਾਂ ਠੀਕ ਹੁਣ ਚੈੱਕ ਹੁਣ ਆਦਾ ਫਲਵਾਰੀ ਹੋਣਾ ਬਾਪੂ ਬਲਾ ਤਾਂ ਯਾ ਨਾ ਨਾ ਲਾ ਤਾਂ ਆ ਵਿਚਾਰਾ ਬਿਮਾਰ ਆ ਇਹਨੇ ਸਿਰਫ ਤਿਆਰ ਕਰਕੇ ਮੈਨੂੰ ਆਵਾਜ਼ ਦੇ ਲੈਣਾ ਹੁੰਦਾ ਡੰਡ ਨਾ ਨੂੰ ਅੱਛਾ ਮੁਝੇ ਇਹ ਬਤਾਓ ਕਿ ਮੁਝੇ ਸਵਾਗ ਰਾਤ ਕੋ ਕੀ ਡਾਲੋਗੇ ਬਾਪੂ ਬਲਾ ਤਾਂ ਨਾ ਲੈ ਆਤੀ ਲੈ ਤਾਂ ਪਾਵਾਂ ਕੀ ਪਾਵਾਂ ਅਕੂ ਬਲਾ ਤਾਂ ਨਾ ਲੂ ਆ ਤਾਂ ਨਾ ਲਾ ਤਾਂ ਉਹ ਲਾ ਤਾਂ ਤੈਨੂੰ ਦੇ ਦੇਣਾ ਮੈਂ ਤੂੰ ਜੋ ਮਰਜ਼ੀ ਕਰ ਉਹਦੇ ਨਾਲ ਹਾਜ਼ਾ ਨਾ ਹੁਣ ਜ਼ੇਬਰਨ ਹਾਂ ਹਾਂ ਗੋਲਡ ਦਾ ਸੈਟ ਨੂੰ ਪਾਉਂ ਦੋ ਟੋਲੇ ਟੋਲੇ ਦੇ ਕਾਟੇ ਹੁਣ ਇੱਕ ਸਾਥ ਇੰਚ ਦਾ ਲਾ ਕਟੋ ਬਾਪੂ ਬਲਾ ਅਤਾ ਨਾ ਅਤਾ ਲੂ ਆ ਲਾ ਤਾਂ ਨਾ ਲਾ ਤਾਂ ਬਸ 7 ਇੰਚ ਦਾ ਕਰੋ ਗਰਮੀਆਂ ਨੂੰ 7 ਹੀ ਹੁੰਦਾ ਸਰਦੀਆਂ ਨੂੰ 1.5 ਕਰਾ ਜਾਂਦਾ ਬਾਪੂ ਬਲਾ ਤਾਂ ਨਾ ਆ ਤਾਂ ਨਾ ਲਾ ਤਾਂ ਜਿੰਨਾ ਹੈਗਾ ਉਹਨਾਂ ਹੀ ਦੱਸ 4.5 ਇੰਚ ਆ ਜੀ ਕੌਣ ਆਇਆ ਕੀ ਹੋਇਆ ਕੀ ਬਾਪੂ ਬਲਾ ਤਾਂ ਆ ਤਾਂ ਨਾ ਲੂ ਆ ਲਾ ਤਾਂ ਬਸ ਕੰਜਰ ਕੱਢੂ ਸਾਨੂੰ ਇਹ ਤਾਂ ਬਗੈਰ ਤਾਂ ਨੇ ਘਰੇ ਫੌਤ ਵੀ ਜਿਸਤੇ ਲਿਆ ਮਰਦਾ ਹੀ ਨਹੀਂ ਇਹ ਕੌਣ ਜੀ ਇਹ ਜੀ ਅਰਬੀ ਨੇ ਦਵਾਈਓ ਆਏ ਸ਼ਾਦੀ ਵਾਸਤੇ ਸ਼ਹਾਦੇ ਵੈਰੀ ਗੁੱਡ ਵੀ ਆ ਕੇ ਸ਼ਹਾਦੇ ਨਾ ਕੋਲਾ ਤਾਂ ਇਹ ਆ ਲਾਤ ਰੂ ਨਾ ਬੰਨ ਲਾ ਤਾ ਬਾਵਾ ਰਾਣਾ ਬਸ਼ੀਰ ਆ ਦਾ ਨਾ ਹਮ ਰਾਣਾ ਬਸ਼ੀਰ ਬਾਕੂ ਅੱਲਾ ਤਾਂ ਇਹ ਲਾਉਆ ਮੈਂ ਕਹਿ ਤੇ ਦਿੱਤਾ ਤੂੰ ਸਿਰਫ ਡਾਕੂ ਚਾਕੂ ਕਹੀ ਜਾਂਦਾ ਹੋਰ ਕੁਝ ਨਹੀਂ ਕਹਿ ਰਿਹਾ ਇੱਕ ਮਿੰਟ ਦਵਾਈ ਤੋਂ ਆਇਓ ਬਾਕੂ ਵੈਰੀ ਗੁੱਡ ਉੱਥੇ ਤੁਹਾਡੇ ਆਪਣੇ ਕਾਰੋਬਾਰ ਹੋਣੇ ਨੇ ਜੀ ਬਾਕੂ ਅੱਲਾ ਤਾਂ ਇਹ ਲਾ ਨਾ ਲਾ ਤਾ ਬੜਾ ਕੰਮ ਆ ਲੋਕਾਂ ਦਾ ਭਾਈ ਤੁਹਾਡਾ ਕੀ ਕੰਮ ਤੁਹਾਡਾ ਕੀ ਕੰਮ ਆਹੋ ਲਾ ਤਾਂ ਦੁਆਵਾਂ ਕਰੀ ਦੀਆਂ ਭਾਈ
ਨਹੀਂ ਉਧਰ ਲਓ ਤੁਹਾਡੀਆਂ ਆਪਣੀਆਂ ਗੱਡੀਆਂ ਹੋਣੀਆਂ ਜਿਵੇਂ ਇਧਰ ਫਾਰਚੂਨਰ V8 ਹੋਂਡਾ ਸਿਵਿਕ ਰੇਂਜ ਰੋਵਰ ਤੁਹਾਡੀਆਂ ਆਪਣੀਆਂ ਨੇ ਆਹ ਹੋ ਲਾ ਨਾ ਲੂ ਆਤ ਨਾ ਲਾਤਾ ਭਾਈ ਤਾਂ ਲੈਣੀਆਂ ਭਾਈ ਹਜੇ ਫਾਰਚੂਨਰ ਗੱਡੀ ਹੁਣ ਹਾਂ ਜੀ ਤੁਹਾਡਾ ਕੀ ਕਾਰੋਬਾਰ ਜੀ ਤੁਹਾਡਾ ਆ ਦਾ ਕਾਰੋਬਾਰ ਉਹਨੂੰ ਬੜਾ ਲੰਬਾ ਕਾਰੋਬਾਰ ਤੁਹਾਡੇ ਤੇਲ ਦੇ ਖੂਹ ਆਪਣੇ ਨੇ ਉਧਰ ਨਾ ਹਮ ਤੇਲ ਦੇ ਖੂਹ ਵਾਹ ਗਾਰਾ ਇਕੱਠਾ ਕਰਦਾ ਹੂੰ ਤੇਲ ਦੇ ਖੂਹ ਤੁਹਾਡੇ ਹੈ ਆਹੂ ਵਾਲਾ ਤਾਂ ਇਹਨਾਂ ਤੰਨੂ ਵਾਲਾ ਤਾਂ ਪਰ ਰੋਜ਼ ਤਾਂ ਰੇਟ ਵਾਧਾ ਘਟਦਾ ਵਾ ਇਸ ਕਰਕੇ ਕੀਤਾ ਹੀ ਨਹੀਂ ਖੂਹ ਵਾਲਾ ਕੰਮ ਯਾਰ ਮੈਂ ਮਤਲਬ ਆਪਣੀ ਭਤੀਜੀ ਦੀ ਸ਼ਾਦੀ ਕਰਨੀ ਹੈ ਲੇਕਿਨ ਤੁਸੀਂ ਸ਼ਾਦੀ ਤੋਂ ਬਾਅਦ ਭਤੀਜੀ ਨੇ ਮੈਨੂੰ ਨਾਲ ਲੈ ਜਾਓਗੇ ਆਹੂ ਵਾਲਾ ਤਾਂ ਨਾ ਲਾਹੂ ਵਾਲਾ ਤਾਂ ਉਹ ਸਾਨੂੰ ਲੈ ਕੇ ਜਾਊਗੀ ਨਾਲ ਤੁਸੀਂ ਨਾਲ ਲੈ ਜਾਓ ਦੁਬਈ ਰਹੋ ਪਾਕਿਸਤਾਨ ਬਾਕੂ ਵਾਲਾ ਕੰਨਾ ਲਹੂ ਵਾਲਾ ਤਾਂ ਬਸ ਇੱਥੋਂ ਲੈ ਜਾਣੀ ਆ ਬਸ ਅਜੇ ਤਾਂ ਕਹਾ ਮੈਨੂੰ ਇੱਕ ਮਿੰਟ ਭਾਈ ਮੈਂ ਨਾ ਬਾਕੂ ਓਏ ਕਾਡੇ ਨਾਲ ਮਾਰ ਓਏ ਕਾਡੇ ਨਾਲ ਮਾਰ ਬਾਕੂ ਓਏ ਬੇਲੇ ਫੰਗੇ ਆ ਗਏ ਫਿਰ ਚੋ ਮਾਰੀ ਨਾ ਸਾਨੂੰ ਕਿਉਂ ਸਾਨੂੰ ਪਤਾ ਵੀ ਬਾਹਰ ਨੂੰ ਆਏ ਰਹਿ ਜਾਂਦਾ ਚੱਲ ਬਾਹਰ ਚੱਲ ਚੱਲ ਬਾਹਰ ਅਨਾ ਤੇ ਯਾ ਨਾ ਨਾ ਚੱਲ ਮੈਨੂੰ ਪਤਾ ਲੱਗ ਗਿਆ ਬਾਪੂ ਆ ਗੋ ਕੋ ਕੋ ਚੱਲ ਬਾਹਰ ਆ ਬੰਦਾ ਪੂਰੀ ਗੱਲ ਸੁਣ ਕੇ ਫੇਰ ਪਛਾਣਦਾ ਵਾ ਯਾਰ ਆਹ ਕੋ ਲਾ ਕੋ ਨਾ ਉਹ ਲਾ ਕੋ ਮਾੜੀ ਗੱਲ ਆ ਤੁਹਾਡੀ ਸ਼ਾਦੀ ਮੈਂ ਆਪਣੀ ਮਰਜ਼ੀ ਨਾਲ ਕਰਾਂਗਾ ਦੁਬਈ ਉਹ ਇੱਕ ਚੰਗੜ ਮੁਹੱਲੇ ਦੇ ਚੰਗੜ ਨੇ ਤੈਨੂੰ ਪਤਾ ਨੀ ਲੱਗਦੇ ਆ ਕੋਈ ਦੁਬਈ ਸ਼ਬਈ ਤੋਂ ਨੀ ਆਏ ਸਿਰਫ ਹੁਲੀਆ ਆਪਣਾ ਬਦਲਾ ਲੈਂਦੇ ਨੇ ਹਾਂ ਤੁਹਾਡੀ ਸ਼ਾਦੀ ਮੈਂ ਆਪਣੀ ਮਰਜ਼ੀ ਨਾਲ ਕਰਾਂਗਾ ਸੋਹਣੇ ਮੁੰਡੇ ਤੁਹਾਡੇ ਵਾਸਤੇ ਲੱਭਾਂਗਾ ਜਿਨ੍ਹਾਂ ਕੋਲ ਬੈਂਕ ਬੈਲੈਂਸ ਆਪਣਾ ਹੋਵੇ ਕੋਠੀਆਂ ਕਾਰਾਂ ਬੰਗਲੇ ਆਪਣੇ ਹੋਣ ਭਾਈ ਇਹਨਾਂ ਵਿਹਲੇ ਨਾਲ ਸ਼ਾਦੀ ਕਰਨ ਦਾ ਕੀ ਫਾਇਦਾ ਉਹ ਤਾਂ ਸਭ ਕੁਝ ਹੈ ਪੜਾ ਔਰ ਤੁਹਾਡੇ ਕੋਲ ਹੈਗਾ ਲੇਕਿਨ ਉਹ ਮੇਰੇ ਕੋਲ ਕੁਛ ਲਾਇਆ ਹੈ ਤੁਸੀਂ ਮੈਨੂੰ ਜਰਾ ਅੰਦਰ ਆਓ ਮੈਂ ਤੁਹਾਨੂੰ ਦੱਸਦਾ ਵਾਂ ਕੀ ਮਾਮਲਾ ਤੇ ਹਾਂ ਬੀਬੀ ਜੀ ਤੁਸੀਂ ਅੰਦਰ ਆਓ ਤੁਹਾਡੇ ਦੇਖ ਕੇ ਅਸੀਂ ਨਾ ਦੇਖਭਾਲ ਤੇ ਕਰਦੇ ਹਾਂ ਭਾਈ ਇਹ ਸੋਹਣਿਆ ਮੈਂ ਲਾ ਰਿਹਾ ਸਾਹਿਬ ਕਿ ਇਹਨਾਂ ਦੇ ਰਿਸ਼ਤੇ ਮੇਰੀਆਂ ਭਤੀਜੀਆਂ ਨੂੰ ਜਿਹੜੀ ਹੱਕ ਲੱਗੀ ਨਾ ਵਿਆਹ ਦੀ ਭਾਈ ਇਹ ਜੇ ਇਹਨਾਂ ਦੀ ਮੈਂ ਪਹਿਲੇ ਸ਼ਾਦੀ ਕਰਤੀ ਤੇ ਮੇਰੀ ਸਾਰੀ ਤੈਨੂੰ ਅੰਦਰ ਚੈਨ ਨਹੀਂ ਹੁੰਦਾ ਅਬੂ ਤੇ ਡਰ ਲੱਗਦਾ ਪਏ ਓਏ ਐਡਾ ਵੱਡਾ ਤੂੰ ਹੋ ਗਿਆ ਤੈਨੂੰ ਅਜੇ ਡਰ ਲੱਗਦਾ ਐਡਾ ਵੱਡਾ ਤੂੰ ਵੇਖੇ ਵੀ ਕਮਰਾ ਕਿੱਡਾ ਵੱਡਾ ਹੈ ਤੂੰ ਨਾ ਕੱਦ ਵੀ ਵੱਡਾ ਹੋ ਗਿਆ ਥੋੜੀ ਅਕਲ ਵੀ ਵੱਡੀ ਕਰ ਲੈ ਆਪਣੀ ਪੱਖਾ ਚਲਾ ਕੇ ਪੱਖਾ ਗਰਮੀ ਲੱਗਦੀ ਗਰਮੀ ਤੈਨੂੰ ਸਾਲ ਹੈ ਕਿਹੜੀ ਗਰਮੀ ਲੱਗਣ ਦੀ ਤੇਰਾ ਓਏ ਸਰਦੀ ਦਾ ਮੌਸਮ ਸਰਦੀ ਦਾ ਪੁੱਤਰ ਮੇਰੇ ਆ ਤੂੰ ਸਮਝ ਜਾ ਸਮਝ ਜਾ ਮੈਂ ਤੇਰੇ ਵਾਸਤੇ ਡਾਕਟਰ ਬਣਾਈ ਆ ਮੇਰੇ ਆਤੇ ਹਾਂ ਡਾਕਟਰ ਡਾਕਟਰ ਕੀ ਕਰੇਗੀ ਤੇਰਾ ਇਲਾਜ ਕਰੇਗੀ ਤੈਨੂੰ ਸੋਹਣੇ ਤਰੀਕੇ ਤੇਰੀ ਟ੍ਰੀਟਮੈਂਟ ਕਰੇਗੀ ਓਏ ਸਹੀ ਹੋ ਜਾਏਗਾ ਮੈਨੂੰ ਲੰਮਿਆ ਪਾਏਗੀ ਲੰਮਿਆ ਤੈਨੂੰ ਪਾਏਗੀ ਨਾਲ ਪਾਏਗੀ ਨਾ ਤੇਰੇ ਲੰਮਿਆ ਪਾਏਗੀ ਉਹ ਤਾਂ ਇਲਾਜ ਨਹੀਂ ਕਦੀ ਇਲਾਜ ਉੱਤੇ ਬਹਿ ਕੇ ਉੱਤੇ ਬਹਿ ਕੇ ਨਹੀਂ ਉੱਤੇ ਕਾਊਂਟਰ ਤੇ ਬਹਿ ਕੇ ਉਹ ਕਰਦੀ ਨਹੀਂ ਹੁੰਦੀ ਉਹ ਥੋੜਾ ਜਿਹਾ ਲਮਾਰਦੀ ਹੁੰਦੀ ਜੀ ਜੀ ਹੁਣ ਉਹ ਨਾ ਚੁੱਪ ਰਹਿਣ ਉਹਨਾਂ ਸਾਹਮਣੇ ਤੂੰ ਬੋਲਣਾ ਨਹੀਂਗਾ ਬੋਲਣਾ ਨਹੀਂ ਨਹੀਂ ਚੁੱਪ ਰਹਿਣਾ ਵੀ ਉਹ ਲਾ ਚੈੱਕ ਕਰ ਲੈਗੀ ਓਏ ਕਰ ਲਈ ਤੈਨੂੰ ਚੈੱਕ ਕਰ ਲੈਗੀ ਚੁੱਪ ਕਰ ਜਾ ਕਾ ਗਿਆ ਮੈਂ ਬਰੋਂ ਲੱਗਿਆ ਬਸ ਡਾ ਪਾਗਲ ਕੋਣ ਹੈ ਪਾਗਲ ਕੋਣ ਹੈ ਇਹਦੇ ਓ ਵਾ 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 ਸਲਾਮ ਅਲੈਕੁਮ ਜੀ ਵਾਲੇਕੁਮ ਅਸਲਾਮ ਲਓ ਪੁੱਤਰ ਇਹ ਡਾਕਟਰ ਪਹੁੰਚਾਈ ਹੈ ਹੈ ਆ ਚੈਨਾ ਦਾ ਥੋੜਾ ਬੁ ਡਾਕਟਰ 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 ਉਹ ਕਿਹ ਇਲਾਜ ਕਰਨਾ ਇਹਦਾ ਇਲਾਜ ਕਰਨਾ ਜੀ ਇਹ ਨਾ ਪਾਗਲ ਹੈ ਜੀਬ ਜੀਬ ਗੱਲਾਂ ਕਰਦਾ ਮੇਰਾ ਪੁੱਤਰ ਆ ਲੇਕਿਨ ਅਰਬਾਪਤੀ ਹੈ ਜੀ ਤਾਂ ਪੈਸੇ ਟੈਨਸ਼ਨ ਨਹੀਂ ਹੋਣੀ ਚਾਹੀਦੀ ਇੱਕ ਮਿੰਟ ਅੱਬੂ ਨੂੰ ਇਲਾਜ ਤੇ ਨਜ਼ਰ ਤੇ ਮਾਰ ਲੈਣ ਕੀ ਮਸਲਾ ਜੀ ਇਲਾਜ ਨਹੀਂ ਆਖਰ ਇਲਾਜ ਨਹੀਂ ਕਾਹੀ ਨਹੀਂ ਕਾਹੀ ਬਿਮਾਰ ਹੈ ਉਹ ਬਿਮਾਰ ਸਾਰਾ ਇਹ ਬੇਤੁਕੀਆਂ ਇਹ ਗੱਲਾਂ ਪਿੱਛੇ ਕੀ ਹੈ ਤੇ ਅੱਗੇ ਕੀ ਹੈ ਅੱਗੇ ਪੂਪਾ ਇਹ ਪੂਪਾ ਕੀ ਹੈ ਇਲਾਜ ਕਰਦੇ ਹੋ ਨਾ ਹਾਂ ਮੇਰੀ ਡਾਕਟਰ ਸਾਹਿਬ ਇਹ ਗੱਲ ਨਾ ਮੰਨ ਲਓ ਠੀਕ ਹੈ ਵੇਖ ਲਓ ਠੀਕ ਹੈ ਮੇਰਾ ਇਲਾਜ ਹੋ ਜਾਏਗਾ ਕੈਸੇ ਆ ਪੂਪਾ ਲਾਓ
ਓਏ ਡਾਕਟਰ ਆ ਉਹਦੇ ਨੇ ਇਹਦੀ ਗੱਲ ਨਹੀਂ ਕਰਨੀ। ਉਹ ਕੋਈ ਨਹੀਂ, ਡਾਕਟਰ ਵੀ ਲਾਉਂਦੇ ਨੇ। ਸਾਈ ਪੁੱਤਰ ਉਹ ਡਾਕਟਰ ਆ, ਉਹ ਇਹਨਾਂ ਦੇ ਕੰਮ ਨਹੀਂ ਕਰਦੇ। ਚਲੋ ਛੋਟਾ ਮੁੰਡੀ ਇਸਕੇ ਇਲਾਜ ਕਰਨੇ। ਹਾਂ ਚੈੱਕ ਕਰੋ ਜੀ, ਚੈੱਕ ਕਰੋ। ਇਹਨਾਂ ਨੂੰ ਕਰਿਓ ਵਿਹਲੇ ਹੋ ਕੇ। ਸਾਂਸ ਲਓ, ਉਂਝ ਲਓ, ਆਖਰੀ ਲਓ। ਬਈ ਲੰਮੀ ਲੰਮੀ ਇਹਨਾਂ ਦੀ ਜ਼ਿੰਦਗੀ ਕਰੇ, ਤੁਸੀਂ ਸਹੀ ਤਰ੍ਹਾਂ ਟ੍ਰੀਟਮੈਂਟ ਇਹਦਾ ਕਰੋ, ਸਹੀ ਤਰ੍ਹਾਂ। ਸਹੀ ਤਰ੍ਹਾਂ? ਹਾਂ ਹਾਂ। ਕੀ ਬਿਮਾਰੀ ਕੀ ਹੈ ਨਾ? ਪੀਂਦੇ ਕੀ ਹੋ ਤੁਸੀਂ? ਪੀਂਦੇ ਕੀ? ਹਾਂ ਪਾਊਡਰ ਪੀਂਦੇ ਹੋ? ਨਹੀਂ ਜੀ। ਫੀਮ ਫੀਮ ਖਾਂਦੇ ਹੋ? ਪਾਊਡਰ ਪੀਂਦੇ ਹੋ? ਨਹੀਂ ਮੈਂ ਬੁੱਧੀ ਕਹਿੰਦਾ, ਬੁੱਧੀ 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 ਬੁੱਧੀ। ਓਏ ਉਹ ਮੇਰੇ ਇਕੱਲੇ ਇਕੱਲੇ ਹਰਾਮ ਪਿਆ ਪੁੱਤਰਾ, ਕੀ ਕਹੀ ਜਾਂਦੇ? ਬੁੱਧੀ ਪੀਂਦਾ? ਅੱਛਾ ਇੱਕ ਮਿੰਟ ਜੀ, ਕੀ ਕਹਿ ਰਹੇ? ਤੁਸੀਂ ਗੱਲ ਸਮਝੋ ਨਾ। ਹਾਂ ਇਹ ਬੂਟੀ ਪੀਂਦਾ ਕਹਿੰਦਾ ਬੂਟੀ ਪੀਂਦਾ। ਅੱਛਾ ਬੂਟੀ ਤੁਹਾਨੂੰ ਨਾਲ ਮੈਨੂੰ ਨਾ ਫੜਾ ਦੇ। ਲਾ 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 ਜਾ, ਕੀ ਹੋਈ ਏ? ਤੂੰ ਮੈਨੂੰ ਜਾਣਦਾ ਨਹੀਂ ਹੈ। ਉਹ ਤੇਰੀ ਇੱਥੇ ਲੱਸੀ ਮਸ਼ਹੂਰ ਕੇ ਪੇੜਾ ਪਾ ਕੇ ਦਿੰਨੀ ਕੀ ਇੱਥੇ ਇੰਜ ਨਹੀਂ ਖਲੋਣਾ? ਕਿਉਂ? ਸਾਈ ਵਾਲੇ ਨੇ ਤੈਨੂੰ ਗੁੱਡੀ ਸਮਝ ਕੇ ਕੰਨੇ ਦੇ ਦੇਣੀ, ਉੱਤੇ ਜਾ ਕੇ ਤੇਰਾ ਲੱਗਣਾ ਪੇਚਾ, ਤੂੰ ਹੋ ਜਾਣਾ ਬੋ, ਔਰ ਇਹ ਲੁੱਟਦੇ ਨਹੀਂ ਝਾਂਬੇ ਲੈ ਕੇ ਉੱਤੇ ਹੀ ਪਾੜ ਪੂੜ ਦਿੰਦੇ ਨੇ। ਖੁਸਰੇ ਪਿੱਛੇ ਭਾਵਾਂ ਪਤੋ ਕੀ ਜਾਣਾ ਪਵੇ ਪੈਦਲ ਜੀ। ਵਾਲੇਕੁਮ ਸਲਾਮ, ਕੌਣ ਜਰਾ ਜੀ? ਪਛਾਣਿਆ ਨੇ ਤੁਸੀਂ? ਹਾਂਜੀ ਕੌਣ? ਹਾਈ, ਕੈਸੀ ਹੋ? ਆਪ ਕੈਸੀ ਹੈ? ਆਪ ਆਏ ਨਹੀਂ ਪੜ੍ਹਾਈ ਕੇ ਲਈ? ਇਹ ਮੇਰੇ ਸਾਥ ਪੜ੍ਹਤੀ ਹੈ, ਹਮ ਉਧਰ ਯੂਨੀਵਰਸਿਟੀ ਮੇ ਪੜ੍ਹਤੇ ਆਪ। ਓਏ ਭਾਈ ਵੀ ਉਹਨੇ ਉੱਥੇ ਓ ਯੂਨੀਵਰਸਿਟੀ ਹੁੰਦਾ, ਤੂੰ ਕੀ ਕਹੀ ਜਾਂਦਾ? ਉਹ ਨਹੀਂ ਯੂਨੀਵਰਸਿਟੀ, ਓ ਯਾਨੀ ਨਹੀਂ, ਓਏ ਓ ਯੂਨੀਵਰਸਿਟੀ ਹੁੰਦਾ, ਓਏ ਯੂਨੀਵਰਸਿਟੀ ਆਦਾ ਪਿਆ ਉਹ ਕਹਿਣ, ਆਪਣਾ ਤੰਦਵਾ ਕਟਾ, ਸਾਨੂੰ ਵੀ ਨਾਲ ਮਰਵਾਇਆ ਹੁੰਦਾ। ਆਪ ਇਹਦਾ ਕੀ ਮਸਲਾ? ਕਿਆ ਸਕੂਲ ਕਿਉਂ ਆਪਣਾ ਯੂਨੀਵਰਸਿਟੀ ਕਿਉਂ? ਯਾਰ ਮੈਨੂੰ ਇਹ ਕਹਿਣਾ ਹੁੰਦਾ ਯਾਰ, ਮੈਂ ਕੀ ਕਰਾਂ ਉੱਥੇ? ਕਿਹੜੀ ਯੂਨੀਵਰਸਿਟੀ ਦੇ ਵਿੱਚ ਕੀ ਕਰਦਾ ਤੂੰ ਜਾਨੂ? ਕੀ ਮਸਲਾ ਕੀ ਹੈ? ਮਸਲਾ ਮੈਂ ਜੈ ਹੋਲੀ ਤੋਂ ਬੋਲ, ਕੀ ਮਸਲਾ ਕੀ ਹੈ? ਕੀ ਅੜ ਫਸ ਹੈ? ਕੀ ਮਸਲਾ ਕੀ? ਕਿਉਂ ਨਹੀਂ ਆ ਰਹੀ? ਜਾਨੂ ਮੇਰਾ ਦਿਲ ਨਹੀਂ ਲੱਗਦਾ ਸੀ, ਨਾਲੇ ਇੱਕ ਮੇਰੇ ਕੋ ਪੈਸੇ ਨਹੀਂ ਸੀ ਐਕਵਾਇਰ ਜੋਗੇ। ਬੇਵਕੂਫ ਹੋਈਆਂ ਸੀ, ਅਸੀਂ ਤੈਨੂੰ ਉਡੀਕ ਰਹੇ ਹਾਂ, ਤੈਨੂੰ ਪਤਾ ਕਿੰਨਾ ਅਸੀਂ ਯਾਦ ਕਰ ਰਹੇ ਸੀ। ਕੀ ਯਾਦ ਕਰ ਰਹੇ ਸੀ ਜਾਨੂ? ਉੱਥੇ ਕਲਾਸ ਦੇ ਵਿੱਚ ਬੜਾਈ ਪੜਾਈ ਹੋ ਰਹੀ ਹੈ, ਬੂੰਦੀ ਤਾਂ ਹੋ ਹੀ ਨਹੀਂ ਰਹੀ, ਤੂੰ ਆ ਹੀ ਨਹੀਂ ਰਹੀ ਉੱਥੇ। ਹੈਲੋ, ਉੱਥੇ ਆ ਹੀ ਨਹੀਂ ਯਾਰ, ਕੈਸੀ ਆ ਰਿਹਾ ਕਲਾ? ਇਹਨਾਂ ਕੱਲਾ ਤਾਂ ਖਰਾਬ ਹੋਇਆ, ਤੈਨੂੰ ਮੈਂ ਦੱਸਾਂ। ਨਹੀਂ ਹੁਣ ਠੀਕ ਹੋ ਗਿਆ? ਹਾਂਜੀ ਬਿਲਕੁਲ ਜੀ। ਹੋਰ ਜਾਨ ਸੁਣਾਓ, ਸਭ ਠੀਕ ਹੈ? ਇਸ ਘਰ ਦਾ ਤਾਰਫ ਨਹੀਂ ਕਰਾ ਰਹੇ ਕੌਣ? ਜਾਨੂ ਇਹ ਨੌਕਰ ਹੈ ਸਾਡਾ ਜੀ। ਨੌਕਰ? ਵੈਰੀ ਗੁੱਡ, ਹੈ ਜ਼ਾਤ ਦਾ ਨੌਕਰ ਤੇ ਸਾਨੂੰ ਜੱਫੇ ਹੈ। ਕਿਸੇ ਵੇਲੇ ਮੈਨੂੰ ਨੌਂਦੇ ਨੂੰ ਵੇਖ, ਤੂੰ ਸੱਕੀ ਫੁੱਫੀ ਲੈ ਆਉਣੀ, ਤੈਨੂੰ ਪਤਾ ਨਹੀਂ ਗੱਲ ਆਪਣੀਆਂ ਬੜੀਆਂ ਕੁਆਲਿਟੀ ਮੈਂ ਤੇਰੀ ਬੈਣ ਘੱਟ ਲੈਣੀ, ਅੱਖ ਤੇ ਕੁਛ ਵੀ ਨਹੀਂ। ਜਾਨੂ ਜੀ, ਅੱਛਾ ਇਹ ਦੱਸੋ ਜੀ ਕਿ ਆਪਨੇ ਉਹ ਕੀਤੀ ਹੈ ਆਪਣੇ ਪਿਓ ਕੇ ਸਾਥ ਗੱਲ ਕੀਤੀ? ਮੈਨੂੰ ਲੱਗਦਾ ਨਹੀਂ ਕੀਤੀ ਹੈ ਵੀ। ਉਸੇ ਬਤਾਓ, ਉਸੇ ਕਹੋ ਕਿ ਮੈਂ ਯਵਨ ਕਟੀਟਾ ਕਰਨੇ ਲੱਗਾ। ਯਵਨ ਕਟੀਟਾ ਕੀ ਹੁੰਦਾ ਭਾਈ? ਹੈ ਇਹ ਕੀ ਹੁੰਦਾ?
ਇਹ ਤੇਰੇ ਮਾਂ ਪਿਓ ਕੀਤਾ ਤਾਂ ਤੂੰ ਦੁਨੀਆ ਤੇ ਆਇਆ ਬੇਟਾ, ਸ਼ਾਦੀ ਹੁੰਦੀ ਜਪਨ ਕੇ ਜੀ ਛੜਾ, ਯਾਨੀ ਕਿ ਤੂਤੀਆਂ ਵਾਜੇ, ਤੂਤੀਆਂ ਵਾਜੇ। ਜਾਨੋ ਆਪ ਕੀ ਖਾਏਂਗੇ, ਕੀ ਇਸ ਦਵਾ ਹਮਨੇ ਬੜੇ, ਤੂੰ ਸਾਰੀ ਜ਼ਿੰਦਗੀ ਮਾਮਾ ਨਹੀਂ ਬਣ ਸਕਦਾ। ਉਹਦੀ ਵਜ੍ਹਾ ਉੱਤੇ ਤੇ ਖੜੋਤਾ ਰਹਿੰਦਾ ਹੈ ਬੇਟਾ, ਅਗਾਂ ਪਿਛਾ ਹੋ ਜਾਈਦਾ ਹੁੰਦਾ, ਫਿਰ ਦੀ ਬੈਣ ਕੋ ਬਾਲ ਬੂਲ ਵਾਲੇ ਪਾਸੇ ਆਉਂਦੀ ਹੁੰਦੀ, ਉਹ ਕੀ ਬਾਲ ਜੰਮਣਾ ਤੇਰਾ ਤਾਂ ਕਦੀ ਬਰਫ਼ ਵਾਲਾ ਕੌਲਾ ਨਹੀਂ ਜੰਮੀ, ਜੇ ਮੈਂ ਤੇਰੇ ਤੋਂ ਜੰਮਦੇ ਆ ਫਿਰ ਮੰਨੇ ਆਪਣੀ ਕਸਮ ਚੁੱਕ ਕੇ ਦੱਸ, ਕਦੀ ਆਪ ਵੀ ਖਾਧਾ ਪੀਤਰੀ ਕੇ ਕੋਈ ਨਾ ਦੱਸਦਾ ਮੈਨੂੰ, ਜੋ ਮੈਂ ਖਾਣਾ ਤੂੰ ਖਾ ਸਕਦਾ ਨਹੀਂ, ਤੁਸੀਂ ਮੈਂ ਤਾਂ ਮਾਵਾਂ ਬਹਿਣ ਦੀ ਗਾਲੀ ਖਾਣਾ ਤੂੰ ਖਾ ਸਕਦਾ ਨਹੀਂ, ਮੈਂ ਖਾ ਸਕਦਾ ਤੇ ਬਸ ਇਹੀ ਗੱਲ ਹੈ। ਚੂਪ ਲਵਾਂ ਜਾਂ ਲੈ ਆ, ਲੈ ਵੀ ਨਹੀਂ ਆਉਂਦਾ ਤੂੰ ਲੈ ਕੇ ਆ ਲੈ ਕੇ ਆਉਣਾ ਹੁਣ। ਅੱਛਾ ਇਹ ਦੱਸੋ ਕਿ ਦੁੱਧ ਕੱਚਾ ਹੀ ਲੈ ਆਵਾਂ ਕਿ ਉਬਾਲ?